ਲਿਆ ਜੀ ਮੰਡੀ ਨੂੰ ਟਰਾਲੇ ਖੜੇ ਆ ਤਿਆਰ ਟਰੈਕਟਰ ਪਾਇਆ ਹੋਇਆ ਬਸ ਇਹ ਵੀ ਚੱਲਿਆ ਹੁਣ ਇਹਨੂੰ ਮੈਂ ਹੀ ਲੈ ਕੇ ਜਾਊਂਗਾ ਮਾਮਾ ਫਿਰ ਲੈ ਕੇ ਆਊਗਾ ਅਗਲਾ ਟਰਾਲਾ ਜੋ ਵੀ ਫਿਰ ਰਿਹਾ ਖੇਲਦਾ ਚਲੋ ਠੀਕ ਹੈ ਜੀ ਮੈਂ ਫਿਰ ਅੱਗੇ ਦੇਖੋ ਹੁਣ ਸੜਕਾਂ ਨਵੀਆਂ ਬਣਦੀਆਂ ਦੇਖੋ ਜੀ ਜਾ ਰਿਹਾ ਕੱਚੀ ਕੰਮ ਨੂੰ ਮੰਡੀ ਨੂੰ ਜਾ ਰਿਹਾ ਮੰਡੀ ਸੜਕ ਬਿਲਕੁਲ ਨਵੀਂ ਕੋਈ ਹਲੋੜਾ ਨਹੀਂ ਕੋਈ ਜੰਪ ਨਹੀਂ ਨਵੀਆਂ ਸੜਕਾਂ ਫਰਾਟਾ ਵੀ ਦੇਖ ਲਓ ਜਾਂਦਾ ਫੁਰਕਦਾ ਉਹ ਜੀ ਲੱਗੇ ਆ ਤਾਰਨ ਹੁਣ ਟਰਾਲੀਆਂ ਇੱਧਰ ਆ ਲਾਤਾ ਮਾਲ ਸ਼ੈੱਡ 'ਚ ਲਾਇਆ ਕਿਉਂਕਿ ਬਾਹਰ ਮੀਂਹ ਕਣੀ ਤਾਂ ਕੁਛ ਨਹੀਂ ਪਤਾ ਲੱਗਦਾ ਭਰਨੇ ਨੂੰ ਹਜੇ ਟਾਈਮ ਲੱਗ ਜਾਣਾ ਇੱਧਰ ਆ ਵੀ ਦੂਆ ਟਰੈਕਟਰ ਵੀ ਲੱਗੇ ਆ ਤਾਰਨ ਪਰਵੇ ਕਿੰਨੇ ਟਾਈਮ ਤਾਰ ਦੂੰਗਾ ਟਾਈਮ ਲੱਗੇ ਉਤਾਰਨੇ ਵਿੱਚ ਕਿੰਨਾ ਟਾਈਮ ਹੋਊਗਾ ਇਹ 15 20 ਮਿੰਟ ਲੱਗੇ 20 ਮਿੰਟ ਦਾ ਟਾਈਮ ਦੇਖ ਲੈ ਜੇ 20 ਮਿੰਟ ਤੋਂ ਵੱਧ ਲਾਉਂਗਾ ਤੂੰ ਸੁੱਕਾ ਸੁੱਕਾ ਹੀ ਮਾਰ ਵਾ ਖਿੱਚ ਦੇ ਫਟਾਫਟ ਫਿਰ ਮਾਲ ਬਿਲਕੁਲ ਸੁੱਕਾ ਜੀ ਠੇਕੇਦਾਰ ਸਾਹਿਬ ਕਹਿੰਦੇ ਧੂੜ ਉੱਡਦੀ 20 ਮਿੰਟ 'ਚ ਤਾਰ ਦੂੰਗਾ ਮੈਂ ਤਾਰ ਦੇ 20 ਮਿੰਟ 'ਚ ਦੇਖੋ ਲਓ ਜੀ ਮੰਡੀ ਆ ਗਏ ਸ਼੍ਰੀ ਚਮਕੌਰ ਸਾਹਿਬ ਲੱਕੀ ਚੱਲਿਆ ਇਹ ਰਾਜੀ ਵੀਰ ਦਾ ਮਾਲ ਆ ਗਿਆ ਪੱਖੂ ਮਜਰੀਏ ਦਾ ਇੱਕ ਟਰਾਲਾ ਉਹ ਖੜਾ ਇੱਕ ਆਹ ਆ ਗਿਆ ਉੱਧਰੋਂ ਪਿੱਛੇ ਆਪਣੇ ਵਾਲਾ ਖਾਲੀ ਹੁੰਦਾ ਇਹ ਆਪਣਾ ਫੜਾ ਜੀ ਉਰੇ ਉਹ ਸੜਕ ਤੱਕ ਆ ਗਿਆ ਇੱਧਰ ਮੁੰਡਾ ਹੋਰ ਇੱਕ ਲੈ ਕੇ ਟਰਾਲੀ ਇਹ ਵੀ ਰਾਜੀ ਵੀਰ ਦੇ ਹੀ ਆ ਤਿੰਨੇ ਟਰੈਕਟਰ ਰਾਜੀ ਵੀਰ ਦੇ ਆ ਦੋ ਅਰਜਨ ਇੱਕ ਮੈਸੀ ਉਹ ਆਪਣਾ ਟਰਾਲਾ ਤੋਂ ਰਿਹਾ ਉੱਧਰ ਦੇਖੋ ਜੀ 3:30-4 ਵੱਜ ਗਏ ਮੰਡੀ ਝੋਨਾ ਹੀ ਝੋਨਾ ਪਿਆ ਅੱਜ ਸਿਰਫ ਸਾਫ਼ ਸਫਾਈ ਕਰਨਗੇ ਇਕੱਠੀ ਕਰਕੇ ਬਾਕੀ ਨਹੀਂ ਮੈਨੂੰ ਲੱਗਦਾ ਕੋਈ ਕੰਮ ਹੋਣਾ ਕਿਉਂਕਿ ਬੋਲੀ ਮੇਰੇ ਖਿਆਲ 'ਚ ਹੋਣੀ ਨਹੀਂ ਅੱਜ ਬਾਰਦਾਨਾ ਹੈ ਨਹੀਂ ਗਾ ਕੋਲ ਭਰਨ ਜੋਗਾ ਅਤੇ ਗੌਰਮੈਂਟ ਕਹਿੰਦੀ ਆ ਵੀ 11 ਤਰੀਕ ਤੋਂ ਸ਼ੁਰੂ ਕਰਾਂਗੇ ਬਾਕੀ ਹੁਣ ਦੇਖਦੇ ਹਾਂ ਕੀ ਬਣਦਾ ਵਗਣਾ ਪੁੱਲ ਚਾਚਾ ਵੀ ਆ ਗਿਆ ਜੀ ਜੀਰੀ ਲੈ ਕੇ ਇਹਦਾ ਦਰਸ਼ਨ ਸਿੰਘ ਵੀ ਆ ਗਿਆ ਸਾਡਾ ਇੱਧਰ ਸਾਡਾ ਡੈਂਪਰ ਬਾਈ ਵੀ ਆ ਗਿਆ ਅਤੇ ਦਲਜੀਤ ਸਿੰਘ ਵੀ ਆ ਗਿਆ ਇਹ ਤਾਂ ਗੱਡੀ ਇਹ ਤਾਂ ਘੋੜੇ ਪਰ ਚੜ੍ਹੇ ਲੱਗਦੇ ਆ ਮੈਨੂੰ ਦੋਹੇ ਜਾਣੇ ਅੱਜ ਹਾਂ ਠੀਕ ਹੈ ਹੋਰ ਠੀਕ ਠਾਕ ਮੇਰਾ ਦਿਲ ਹੀ ਲੱਗਿਆ ਸਵੇਰ ਦਾ ਵੀ ਹੁਣ ਰੌਣਕ ਹੋ ਗਈ ਹੁਣ ਕੱਲ੍ਹ ਨੂੰ ਫੇਰ ਕਿੰਨਾ ਘਾਟਾ ਪੈ ਰਿਹਾ ਦੇਖੋ ਮੰਡੀ ਦੇ ਹਾਲਾਤ ਉੱਪਰ ਬੱਦਲਵਾਈ ਹੋ ਗਈ ਤੇ ਲੇਬਰ ਫਟਾਫਟ ਇਕੱਠੇ ਕਰਨ ਲੱਗੀ ਹੋਈ ਹੈ ਮਾਲ ਤੇ ਤਰਪਾਲਾਂ ਦਿੱਤੀਆਂ ਹੋਈਆਂ ਨੇ ਮਾਲ ਤੇ ਆਹ ਰਾਜੀ ਬਾਈ ਦਾ ਮਾਲ ਆਇਆ ਹੋਇਆ ਇੱਧਰ ਮੈਂ ਰਾਜੀ ਨਹੀਂ ਰਾਜੀ ਪੱਖੂ ਮਾਜਰੀ ਵਾਲਾ ਸਰਪੰਚ ਸਾਡਾ ਉਹਦਾ ਏ ਅਤੇ ਆਹ ਬਾਈ ਦੀ ਗੱਡੀ ਖੜ੍ਹੀ ਆ ਥਾਰ ਇਹ ਵੀਰ ਨੇ ਆਪਣੇ ਵਾਸਤੇ ਸਪੈਸ਼ਲ ਲੱਤੀ ਹੋਈ ਆ ਹੋਰ ਬੰਦੇ ਨੂੰ ਚਲਾਉਣ ਨਹੀਂ ਦਿੰਦਾ ਹੈਗਾ ਇਹ ਅਤੇ ਲਓ ਜੀ ਮਿਲੋ ਵੀਰ ਜੀ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਹੁਣ ਬੰਦੇ ਕਹਿੰਦੇ ਬਾਬੂ ਦੋਰਾਂ ਬਾਰੇ ਸਾਨੂੰ ਜਾਣਕਾਰੀ ਦਿਓ ਅਤੇ ਤੁਸੀਂ ਜਾਣਕਾਰੀ ਦੇਣੀ ਤੁਸੀਂ ਬਾਬੂ ਦੋਰਾਂ ਬਾਰੇ ਮੀਟਿੰਗ ਕਰਾਓ ਬਾਬੂ ਦੋਰਾਂ ਬਾਰੇ ਪਿਆਜ਼ ਦਾ ਬਹੁਤ ਸਪੈਸ਼ਲ ਇੱਕ ਮਿੰਟ ਵੀਰ ਜੀ ਮੈਂ ਟੁੱਕਣ ਲੱਗਿਆ ਅਸਲ 'ਚ ਗੱਲ ਆ ਜੀ ਹੁਣ ਆਪਾਂ ਸੋਸ਼ਲ ਮੀਡੀਆ ਬਾਰੇ ਮੀਟਿੰਗ ਕਰਨੀ ਹੈ ਜਿਵੇਂ ਆਪਾਂ ਦੱਸਣਾ ਸਾਰਾ ਕੁਛ ਕਿਉਂਕਿ ਬੰਦੇ ਕੋਈ ਬਾਹਰ ਬੈਠੇ ਆ ਕੋਈ ਹੁਸ਼ਿਆਰਪੁਰ ਦਾ ਏ ਕੋਈ ਜਲੰਧਰ ਦਾ ਕੋਈ ਦਿੱਲੀ ਦਾ ਏ ਆਪਾਂ ਸਾਰਾ ਕੁਛ ਇਹਦੇ ਹੀ ਦੇਣੀ ਜਾਣਕਾਰੀ ਆਪਣੇ ਕੋਲ ਆਲੂ ਦਾ ਬੜਾ ਤਕੜਾ ਪ੍ਰੋਜੈਕਟ ਆ ਕਿਵੇਂ ਝਾੜ ਵਧਾਉਣਾ ਠੀਕ ਹੈ ਜੀ ਉਹਦੇ ਬਾਰੇ ਆਪਣੇ ਕੋਲ ਬੜਾ ਗਿਆਨ ਹੈਗਾ ਉਹ ਜਦੋਂ ਮੀਟਿੰਗਾਂ ਕਰਕੇ ਸ਼ੇਅਰ ਕਰੋ ਤਾਂ ਕਿ ਆਪਾਂ ਫਿਰ ਆਪਾਂ ਨੇ ਪਹਿਲਾਂ ਐਂ ਗੱਲ ਕਰਨੀ ਆਪਾਂ ਨੇ ਪਹਿਲਾਂ ਆਲੂ ਵਾਲਾ ਪਾ ਦੇਣਾ ਵੀਰ ਜੀ ਕਿਉਂਕਿ ਹੁਣ ਆਲੂ ਲੱਗਣੇ ਆ ਟਾਈਮ ਆਪਾਂ ਬਕਾਇਦਾ ਕਰਾਂਗੇ ਠੀਕ ਨਹੀਂ ਗੱਲ ਇਹ ਵੀਰ ਜੀ ਦਾ ਬੇਟਾ ਛੋਟਾ ਇਹਦਾ ਰਾਤ ਵੀ ਤੁਸੀਂ ਦੇਖਿਆ ਹੋਣਾ ਵੀਡੀਓ 'ਚ ਹਾਂ
चलो बाकी हूँ देखते हैं, मौसम हो खराब थोड़ा सा जी माल मूल कर लिए इकट्ठा तो फिर फेर दिखावे थोड़ा सारा सीन। कल फिर जीरी सत श्रीकाल बुलाओ पहला, जीरी बिकी नहीं कल फिर ता ही हूँ जीरी देखना है अज भी जीरी बिकी नहीं साड़ी है हो हर प्रताप जीरी देखना है। तो जी कोई कोई कणी गिरन लग गई, रब पूरा अपना जोर दिखा रहा हूँ तो लगे हुए तरपाला पाना बड़िया तरपाला ने ये अपने को जी दस ने ये एक बार च बड़ा ढेर मतलब ढक देनी देखो किड्डा ढेर आ सारा एक बार से ढक देना तो छोटिया तरपाला फिर आप पाने छोटिया ढेरिया जी छोटिया गोल करी होनी ढेरिया तो कोई चक्कर नहीं ये तो कहते गिला पीना बहारे सुकना यही चक्कर आ ठीक है जी। मंडी च हलचल देखो जी मीह नाल सारा काम फटाफट हो रहा तेजी पूरी खिची पई है ये नुकसान ही करदा मी आड़ती साहब खड़े हैं उपर देख रहे हैं आड़ती साहब बैठे हैं दोहे तो नाल इन्हों का ताया जी बैठा इकबाल सिंह वालीवीर वालीवीर सत श्रीकाल बस ठीक ठाक है वालीवीर हो ठीक हो ये वीर साडा पत्रकार भी है और ये अपना तो अपना तो भाई हो है तो वीर जी किवें बाहर दी रिपोर्ट बाहर बारिश पै रही है पूरी तरपाला नाल जीरी ढकी हुई है किसान परेशान है कद्दू करने बाद मीह पाया तीन महीने मीह नहीं पाया महीना हो गया हूं बंद नहीं करता है जिमीदार ने भी आलू देख लो कड्डे पए है आलू आदि फसल दिक्कत हो सकती है अज तक किसी ने गन्ना बीजना किसी ने आलू बीजने जो भी तेरी की व्रत कर फिर वास्ते हूँ भी की होना चाहिए तू दस भाई वो देखो जी बंदा गोडा ये कहना सबसक्राइब करो चैनल वाते सो बेनती थी कबूल करो सबसक्राइब करो चैनल वो तो वह जी। लो जी हूँ झोना साफ सूफ करा के मंडी तो आए हैं दोपहरे थोड़ा जहा मीह भी पै गया फिर तरपाला तरपूला ढक गया फिर दोबारा मीह हट गया फिर उस तो बाद वो किया अपना फिर तरपाला चक्या फिर माड़ा मोटा फूल फूल के माल साफ किया फिर दोपहरे मीटिंग की भी चलो माल जो भरया जाऊगा फिर दसते हैं तो हूँ अच्छ शाम जाके पता लगे भी कलू बोली होकर सरकार माल भरूगी तो चलो बहुत खुशी की गल है तो कलू हूँ आप माल भरेंगे तुम दिखावे सारी भर्ती का भी की सिस्टम आड़ी कि एजेंसियां अपन खरीद कर दी किमें तलाई होंगी है तो थानू दसांगे जी सारा एजेंसियां किवें परचेज कर दी हैं जो भी सिस्टम बनता है तो चैनल हुण करो सबसक्राइब वाते वध तो अपना जो भी होर कुछ पूछना हो कमेंट करो फिर थोड़ा जवाब देने की जरूर कोशिश करांगे बहुत बहुत मेहरबानी ओके सत श्रीकाल राधे हर पता यूट्यूब चैनल यूट्यूब चैनल सबसक्राइब करो थैंक यू।